ਅਸੀਂ ਪਾਸਪੋਰਟ ਭਾਈ ਜਾਨ ਕੀ ਵਹਿੰਦੇ ਪਏ ਹੋ? ਇਹ ਪਿੰਡਾਂ ਵਾਲੇ ਆ, ਅਸੀਂ ਕੋਈ ਸ਼ਹਿਰੀ ਥੋੜੇ ਆ। ਬੰਗਲਾਦੇਸ਼ ਯਾਰ ਭਾਈ, 65,000 ਮੰਗ ਰਹੇ ਯਾਰ, ਮੁਸ਼ਕਲ ਬਣ ਜਾਏਗਾ, ਹਮਾਰੇ ਪਾਸ ਇਤਨੇ ਪੈਸੇ ਨਹੀਂ ਹੈ ਯਾਰ। ਕਿਆ ਕਰੇ, ਕੰਪਨੀ ਹੈ ਨਾ, ਹਮਾਰਾ ਫਾਇਦਾ ਹੈ, ਮੁਹੱਬਤ ਕਰੋ ਯਾਰ ਨਾ ਕੁਛ ਯਾਰ, ਹਮ ਪਾਕਿਸਤਾਨ ਸੇ ਯਾਰ। ਜੀ ਵੈਲਕਮ ਟੂ ਵਿਦ ਐਨਦਰ ਵਲੋਗ ਗਾਈਜ਼। ਅੱਜ ਦੇ ਵਲੋਗ ਵਿੱਚ ਖੁਸ਼ ਆਮਦੀਦ, ਮੈਂ ਤੁਹਾਡਾ ਆਪਣਾ ਬਿਲਾਲ ਹੁੰਦਾ ਅਤੇ ਤੁਸੀਂ ਮੇਰਾ ਫੇਸਬੁੱਕ ਪੇਜ ਵੇਖਦੇ ਪਏ ਹੋ ਪਿੰਡ ਦੀ ਆਵਾਜ਼। ਅੱਜ ਦੇ ਵਲੋਗ ਵਿੱਚ ਖੁਸ਼ ਆਮਦੀਦ। ਅਗਰ ਗੁਜ਼ਾਰਿਸ਼ ਹੈ ਕਿ ਮੇਰਾ ਜਿਹੜਾ ਵੀ ਭੈਣ ਭਰਾ ਮੇਰੇ ਫੇਸਬੁੱਕ ਪੇਜ ਪਿੰਡ ਦੀ ਆਵਾਜ਼ 'ਤੇ ਨਵਾਂ ਹੈ, ਜਿਹੜਾ ਮੇਰਾ ਵੀਡੀਓ ਵੇਖਦਾ ਪਿਆ ਵੇ, ਤਾਂ ਗੁਜ਼ਾਰਿਸ਼ ਹੈ ਕਿ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ। ਅਜੇ ਤੱਕ ਜਿਹਨੇ ਮੇਰਾ ਫੇਸਬੁੱਕ ਪੇਜ ਪਿੰਡ ਦੀ ਆਵਾਜ਼ ਫੋਲੋ ਨਹੀਂ ਕੀਤਾ ਤਾਂ ਉਹਨੂੰ ਫੋਲੋ ਕਰ ਦਿਓ। ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰ ਦੇਣਾ ਵੇ, ਤਾਂ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ ਵੇ। ਇਸ ਟਾਈਮ ਅਸੀਂ ਮੌਜੂਦ ਹਾਂ ਅਲ ਰਿਆਜ਼ ਏ ਰੋਡ ਅਲ ਫਾਹਦ। ਰਾਤ ਦਾ 1 ਦਾ ਟਾਈਮ ਹੈ ਗਾਇਜ਼, ਸੁੱਤਿਆਂ ਪਿਆਂ ਨੂੰ ਅਗਲਿਆਂ ਨੇ ਠਾਲ ਕੇ ਅਤੇ ਟਿਕਟ ਕਰਾ ਕੇ ਦਸਤੇ ਸਾਨੂੰ ਜਜ਼ਾਨ ਸ਼ਹਿਰ ਵੱਲ ਨੂੰ ਤੋੜ ਦਿੱਤਾ ਹੈ ਯਾਰ। ਇੱਥੋਂ ਦੀ ਇਹ ਬੜੀ ਮੁਸ਼ਕਲ ਹੈ ਕਿ ਵੇਖੋ ਇਹਨਾਂ ਦੇ ਨਾਲ ਤਾਂ ਰਲ ਨਹੀਂ ਨਾ ਸਕਦੇ ਅਸੀਂ, ਨਾ ਦੱਸਿਆ ਨਾ ਬੁੱਝਿਆ ਕਿਵੇਂ ਕਿਵੇਂ ਕਰਕੇ ਉਹਨਾਂ ਨੇ ਵੇਖੋ ਸਾਨੂੰ ਨਾ ਜਜ਼ਾਨ ਸ਼ਹਿਰ ਨੂੰ ਤੋੜ ਦਿੱਤਾ ਵੇ। ਕੱਪੜੇ ਛੱਪੜੇ ਪੈਕ ਕੀਤੇ ਨੇ, ਦਸਤੀ ਦੁਸਤੀ ਜੋ ਵੀ ਆਪਣਾ ਮਟੀਰੀਅਲ ਸੀ ਉਹ ਇਕੱਠਾ ਕੀਤਾ ਵੇ, ਬੂਟ ਸ਼ੂਟ ਪਾਏ ਨੇ, ਘੜੀ ਜਿਹੜੀ ਹੈ ਨਾ ਉਹ ਪਾਈ ਹੈ। ਅਤੇ ਟਾਈਮ ਇਸ ਟਾਈਮ ਜਿਹੜਾ ਉਹ 1 ਦਾ ਵੇ, 1 ਰਾਤ ਦੇ 1 ਵਜੇ ਸਾਨੂੰ ਉਹਨਾਂ ਠਾਲ ਕੇ ਅਤੇ ਜਿਹੜਾ ਨਾ ਭੇਜ ਦਿੱਤਾ ਵੇ, ਚਲੋ ਜੀ ਜਜ਼ਾਨ ਸ਼ਹਿਰ ਦੇ ਵਿੱਚ ਅਲਮੋਨੀਅਮ ਦਾ ਕੰਮ ਕਰਨਾ ਸੀ। ਮੈਂ ਵਾਂ ਅਤੇ ਨਾਲ ਮੇਰਾ ਮਦੀਰ, ਤੁਸੀਂ ਵੇਖਦੇ ਪਏ ਹੋ ਡਰਾਈਵਰ ਜਿਹਨੇ ਮੈਨੂੰ ਛੱਡ ਕੇ ਆਉਣਾ ਵੇ ਇੰਟਰਨੈਸ਼ਨਲ ਏਅਰਪੋਰਟ ਕਿੰਗ ਅਬਦੁੱਲਾ ਅਲ ਰਿਆਜ਼। ਇਸ ਟਾਈਮ ਸਿਚੁਏਸ਼ਨ ਜਿਹੜੀ ਮੇਰੀ ਬਹੁਤ ਨਾਜ਼ੁਕ ਹੈ, ਨਾ ਮੈਨੂੰ ਦੱਸਿਆ ਨਾ ਬੁੱਝਿਆ ਵੇ, ਅਤੇ ਐਵੇਂ ਟਿਕਟ ਕਰਾ ਕੇ ਅਤੇ ਜਿਹੜਾ ਨਾ ਸਾਨੂੰ ਉਦੋਂ ਦੱਸਿਆ ਜਦੋਂ ਟਿਕਟ ਹੋ ਗਈ ਹੈ ਯਾਰ। ਇਹ ਵੀ ਕੋਈ ਅਸੂਲ, ਇਹ ਤਰੀਕਾਕਾਰ ਯਾਰ ਕੋਈ, ਵੀ ਅਗਲਾ ਬੰਦਾ ਕਿੰਜ ਦਾ ਹੁੰਦਾ ਕੀ ਹਿਸਾਬ ਕਿਤਾਬ ਹੈ, ਅਤੇ ਅਗਲੇ ਵੇਖ ਲਓ ਦੱਸਦੇ ਬੁੱਝਦੇ ਨਹੀਂ ਹੈਗੇ। ਅਤੇ ਜਜ਼ਾਨ ਸ਼ਹਿਰ ਦੇ ਵਿੱਚ ਅਗਰ ਕੋਈ ਮੇਰਾ ਭੈਣ ਭਰਾ ਰਹਿੰਦਾ ਮੇਰੀ ਵੀਡੀਓ ਵੇਖਦਾ ਪਿਆ ਵੇ, ਤਾਂ ਮੈਨੂੰ ਲਾਜ਼ਮੀ ਕਮੈਂਟ ਵਿੱਚ ਦੱਸਿਓ ਕਿ ਜਜ਼ਾਨ ਸ਼ਹਿਰ ਦੇ ਵਿੱਚ ਗਰਮੀ ਦਾ ਕੀ ਹਿਸਾਬ ਕਿਤਾਬ ਹੈ, ਗਰਮੀ ਕਿੰਜ ਦੀ ਪੈਂਦੀ ਪਈ ਹੈ ਯਾਰ। ਰਿਆਜ਼ ਦੇ ਵਿੱਚ ਅਸੀਂ ਬਹੁਤ ਖੁਸ਼ ਹਾਂ, ਰਿਆਜ਼ ਦੇ ਵਿੱਚ ਜਿਹੜਾ ਨਾ ਉਹ ਪੌਦੇ ਵਗੈਰਾ ਵੀ ਆਕਸੀਜਨ ਵੀ ਸਹੀ ਮਿਲਦੀ ਸੀ ਸਾਨੂੰ, ਜਿਹੜਾ ਨਾ ਖੁਸ਼ਹਾਲ ਹਾਂ ਐਡਾ ਕੋਈ ਅੱਲਾ ਮਾਫੀ ਦੇ ਜਿੱਦਣ ਦਾ ਮਾਇਆ, ਮੈਨੂੰ ਕੋਈ ਤਕਲੀਫ ਪਰੇਸ਼ਾਨੀ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਕਿ ਮੇਰਾ ਭਰਾ ਮੇਰੇ ਕੋਲ ਸੀ, ਉਹਦੇ ਕੋਲ ਖਰਚਾ ਵਗੈਰਾ ਅਗਰ ਕੋਈ ਮੁੱਕਦਾ ਸੀ ਤਾਂ ਖਰਚਾ ਲੈ ਲਈਦਾ ਸੀ, ਅਤੇ ਯਾਰ ਬਹੁਤ ਸਕੂਨ ਸੀ ਮੈਨੂੰ। ਇਹ ਲੋ ਫਿਰ ਇਹ ਫਿਰ ਸੇ ਇਸ ਇੰਤੇ ਤਾ ਬਾਦ ਕੇ ਨੇ ਸਿਬ ਤੱਕ ਅੰਤ ਹੈ ਓਕੇ ਤਾਂ ਮੁਕ ਨਹੀਂ ਤਾ ਆ ਖਮ ਤੇ 3 ਰੁਪਏ ਰਿਆਲ ਮੈਂ ਤਾਂ ਮੁਸ਼ਕਿਲ ਬਸ ਐਮ ਸ਼ੇ ਸ਼ਿਲ ਵਰਗਾ ਓਕੇ معلوم طيران ايش اسم طياره انت روح الحين جيزان تمام طيران اسمه ناس طيران ناس معلوم طيران انت اي نفر سعودي قوه يلا يلا عشان الكاميرا يلا اهو صار ਕੱਢ ਬੈਕ ਬੁੱਕ ਸਾਰਾ
ਇਧਰੋਂ ਨਹੀਂ ਕੱਢੋ ਇਧਰੋਂ ਨਹੀਂ ਅੱਗੇ ਲੈ ਗੱਡੀ ਥੋੜ੍ਹੇ ਜਿਹੇ ਛੋਇਆ ਗਾ ਛੋਇਆ ਗੁਬਰਾ ਓਕੇ 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 ਲਿਆਓ 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 ਉਹਦੇ ਸੁਣ ਲਵੋ ਕੀ ਆਉਂਦਾ ਜੇ ਉਹ ਪੈਸਾ ਪੂਹਾ ਹੈ ਨੇ ਕੋਲ ਮੇਰੇ ਕੋਲ ਕੋਈ ਨੀ ਜੇ ਪਾਸਪੋਰਟ ਪਈ ਜਾਣ ਕੀ ਵਹਿੰਦੇ ਪਏ ਹੋ ਇਹ ਪਿੰਡਾਂ ਵਾਲੇ ਆ ਹੀ ਕੋਈ ਸ਼ਹਿਰੀ ਥੋੜੇ ਆ ਸਮਾਨ ਵਾਸਤੇ ਰੇਹੜੀ ਫੜ ਲਈ ਜੇ ਇੱਕ ਬੈਗ ਹੱਥ ਚੁੱਕਿਆ ਨਹੀਂ ਜਾਂਦਾ ਪਿਆ ਚਲੋ ਚੁੱਕੋ ਜੀ ਹਾਈ ਵਾਹ ਚਲੋ ਜੀ ਤੁਰ ਪਈਆਂ ਜੀ ਬਾਬਾ ਜੀ ਗੱਡੀਆਂ ਸਾਡੀਆਂ ਹਾਈ ਵਾਹ ਇੱਕ ਬੈਗ ਮੇਰਾ ਬਸ 5 ਕਿਲੋ ਵਜ਼ਨ ਹਰ ਰਿਕਸ਼ ਹੋਇਆ ਬੜਾ ਅੰਤਾ ਮੌਜੂਦ ਰਿਆਜ਼ ਏਅਰਪੋਰਟ ਇੰਟਰਨੈਸ਼ਨਲ ਕਿੰਗ ਅਬਦੁੱਲਾ ਮਾਸ਼ਾਅੱਲਾ ਕਿਆ ਬਾਤ ਹੈ ਹਾਂਜੀ ਅਲਹਮਦੁਲਿਲਾਹ ਇਸ ਟਾਈਮ ਕਿੰਗ ਅਬਦੁੱਲਾ ਏਅਰਪੋਰਟ ਦੇ ਉੱਤੇ ਵਾ ਭਾਈ ਜਾਨ ਅਤੇ ਜਾ ਰਹੇ ਹਾਂ ਜਜ਼ਾਨ ਪਹਿਲੀ ਦਫ਼ਾ ਮੈਂ ਚੱਲਾਂ ਫਿਲਹਾਲ ਮੈਨੂੰ ਨਹੀਂ ਪਤਾ ਉੱਥੇ ਕਿੰਨਾ ਸਫ਼ਰ ਹੈ ਕੀ ਹਿਸਾਬ ਕਿਤਾਬ ਹੈ ਫਿਲਹਾਲ ਮੈਨੂੰ ਇੰਨੇ ਪਤਾ ਲੱਗਿਆ 2000 ਜਾਂ 2500 ਕਿਲੋਮੀਟਰ ਸਫ਼ਰ ਹੈ ਅਤੇ ਟਿਕਟਾਂ ਹੈ ਨੇ ਮੇਰੇ ਕੋਲ ਇਹ ਜੇ ਟਿਕਟ ਟਿਕਟ ਵੀ ਮਾਸ਼ਾਅੱਲਾ ਅਗਲੇ ਮਿੰਟ ਨਹੀਂ ਲਾਇਆ ਟਿਕਟ ਲਾ ਕੇ ਪਰਾ ਮਾੜੀ ਹੈ ਮੈਨੂੰ ਉਦੋਂ ਹੀ ਦੱਸਿਆ ਜਦੋਂ ਟਿਕਟ ਹੋ ਗਈ ਜੀ ਮੈਂ ਬੜਾ ਰੋਇਆ ਵਾਂ ਨਹੀਂ ਮੈਂ ਨਹੀਂ ਜਾਣਾ ਤੁਹਾਨੂੰ ਸਾਰੀ ਗੱਲ ਦੱਸਾਂਗਾ ਹੈ ਇਹ ਚੈੱਕ ਕਰੋ ਵਿਊ ਮਾਸ਼ਾਅੱਲਾ ਬਿਹਤਰੀਨ ਹਾਂ ਕਿੰਨੇ ਯਾਰ ਕਿਆ ਕਰ ਰਿਹਾ ਯਾਰ ਕਾਰਟੂਨ ਤੁਮ ਦੇ ਯਾਰ ਮੁਸ਼ਕਲ ਬਣ ਜਾਏਗਾ ਹਮਾਰੇ ਪਾਸ ਇਤਨੇ ਪੈਸੇ ਨਹੀਂ ਹੈ ਯਾਰ ਕਿਆ ਕਰੇ ਕੰਪਨੀ ਹੈ ਨਾ ਹਮਾਰਾ ਫਾਇਦਾ ਹੈ ਮੁਹੱਬਤ ਕਰੋ ਯਾਰ ਨਾ ਕੁਛ ਯਾਰ ਹਮ ਪਾਕਿਸਤਾਨ ਸੇ ਯਾਰ ਹਮਕੋ ਮਾਲੂਮ ਹੈ ਤੁਮ ਅਲਾਦਾ ਹੋ ਗਏ ਹਮਸੇ ਤੋ ਐਸਾ ਕਰੋਗੇ ਅਬ ਯਾਰ ਨਹੀਂ ਐਸਾ ਹਮ ਕਰਤੇ ਕੰਪਨੀ ਕਰੇ ਨੇ ਬਸ ਦੇਖ ਲੋ ਯਾਰ ਹਮ ਨਹੀਂ ਬਈ ਭਾਈ ਮੰਨਿਆ ਬੰਦੂ ਬੰਦੂ ਆਂਦਾ ਨਾ ਭਾਈ ਕੋਈ ਰਿਹਾਕਾਰ ਹੀ ਨਹੀਂ ਹੈ ਮੇਰੀ ਆਪਣੀ 1100 ਤਨਖਾਹ ਵੇ 1200 ਤਨਖਾਹ ਦਿਆਂਗੇ ਤੇ 100 ਰੁਪਇਆ ਘੱਟ ਦਿੰਦੇ ਪਏ ਨੇ ਭਾਈ ਉਹਨੇ ਸਾਡੇ ਕੋਲੋਂ ਵੀ ਪੂਰੇ 65 ਰਿਆਲ ਲਏ ਨੇ ਟੀਮ ਡੱਬਾ ਪੈਕ ਕਰਨ ਦੇ
ਠੀਕ ਹੈ ਨਾ। ਅਤੇ ਲਿਹਾਜ਼ਾ ਸਾਰਿਆਂ ਭਰਾਵਾਂ ਨੂੰ ਜਿਹੜੇ ਵਹਿੰਦੇ ਨੇ ਵੀਡੀਓ, ਉਹਨਾਂ ਦੀ ਗੁਜ਼ਾਰਿਸ਼ ਕਿ ਇੰਝ ਦਾ ਟੀਨ ਡੱਬਾ ਜਿਹੜਾ ਨਾ ਉਹ ਨਾਲ ਲੈ ਕੇ ਆਇਆ ਕਰੋ, ਇੱਕ ਕਾਰਟੂਨ ਦੇ ਵਿੱਚ ਇਕੱਠਾ ਪੈਕ ਕਰ ਲਿਆ ਕਰੇ ਬੰਦਾ। ਤੁਹਾਨੂੰ ਤਾਂ ਗਲਤੀ ਹੋ ਗਈ ਆ, ਪੈਸਾ ਵੀ ਕੋਈ ਨਹੀਂ ਦਿੱਤਾ ਮਦੀਰਾਂ ਨੇ। ਅਤੇ ਇਹ ਮਸ਼ੀਨ ਵਹਿੰਦੇ ਆ ਕਿਵੇਂ, ਕੀ ਕਰਦਾ, ਕੀ ਹਿਸਾਬ ਕਿਤਾਬ ਲਾਉਂਦਾ, ਕਿਵੇਂ ਘੁਮਾਉਂਦਾ ਇਹਨੂੰ। ਬੰਦੂ ਨੇ ਤਾਂ ਸਾਡੀ ਵੀ ਮੱਤ ਮਾਰ ਦਿੱਤੀ ਆ ਯਾਰ ਨਾਲ, ਦਰਾ ਫੇਰੇ ਤੋਂ ਮੈਡਮ ਵਾਲਾ ਹੀ ਲਾ ਦਿੱਤੇ। ਬਤਾਓ ਬਤਾਓ ਬਤਾਓ, ਹਮਾਰੇ ਲੇਟ ਹੋ ਰਹੀ ਹੈ ਯਾਰ। ਬੰਦੂ ਭਈਆ ਕਰ ਲਓ ਕਿਸ ਤਰ੍ਹਾਂ ਹਮਾਰੇ ਸਾਥ ਕੋਈ ਮਾਮਲਾ, ਪੈਸੇ ਕਮ ਲਓ ਯਾਰ ਹਮਸੇ। ਹਾਂ ਚਲੋ ਥੋੜ੍ਹਾ ਬਹੁਤ ਕਰ ਲਓ ਨਾ ਯਾਰ, ਠੀਕ ਹੈ। ਕਸਮੇ ਅੱਲਾ ਦੀ ਸਾਡੇ ਤਰੂ ਖਰੇ ਹੋ ਗਏ ਨੇ, 60 ਰਿਆਲ ਇਹਦੇ ਲਹਿਦਾ ਮੰਗਦਾ ਪਿਆ ਯਾਰ, ਅਤੇ 65 ਰਿਆਲ ਇਹਦੇ ਲਹਿਦਾ ਮੰਗਦਾ ਪਿਆ ਯਾਰ। ਮਸ਼ਿੰਦਰੀ ਕਿਆ ਬਾਤ ਭਾਅ ਜੀ, 60 60 120 ਤਕਰੀਬਨ 130 ਰੁਪਏ ਲੈ ਲੈਣਗੇ ਅਗਲਾ। ਲਓ ਜੀ ਬਾਬਾ ਜੀ, ਉਤਲੇ ਫਲੋਰ 'ਤੇ ਆ ਗਏ ਜਿੱਥੇ ਹੁਣ ਜਹਾਜ਼ 'ਤੇ ਬਹਿਣਾ ਵੇ, ਹੈਂ ਬਹਿੰਦੇ ਹਾਂ ਤਾਂ ਦੱਸਦੇ ਹਾਂ ਤੁਹਾਨੂੰ, ਜਰਾ ਥੋੜ੍ਹੀ ਉਠਾ ਲੈ ਲੱਗਾ ਵਾ। ਇੱਕ ਵਾਰੀ ਤਾਂ ਪਾਕਿਸਤਾਨ ਨੂੰ ਇੱਥੇ ਤੱਕ ਆ ਗਏ ਹਾਂ, ਅਤੇ ਅੱਗੋਂ ਫਿਰ ਮੁਕੱਦਰਾਂ ਦੇ ਵਿੱਚ, ਅੱਗੋਂ ਪਤਾ ਨਹੀਂ ਹੁਣ ਕਿੱਧਰ ਨੂੰ ਜਾਣਾ ਵੇ। ਅਲਹਮਦੁਲਿਲਾ ਭਰਪੂਰ ਕੋਸ਼ਿਸ਼ ਕੀਤੀ ਹੈ ਅਤੇ ਫਿਰ ਜਾ ਕੇ ਜਿਹੜਾ ਨਾ ਸਾਨੂੰ ਇਹ ਮੁਕਾਮ ਲੱਭਾ ਹੈ, ਠੀਕ ਹੈ। ਅਤੇ ਮਿਹਨਤ ਕਰਨੀ ਚਾਹੀਦੀ ਹੈ, ਮਿਹਨਤ ਮਿਹਨਤ ਲਾਜ਼ਮੀ ਹੈ, ਮਿਹਨਤ ਤੋਂ ਬਗੈਰ ਕੰਮ ਕੋਈ ਨਹੀਂ ਹੁੰਦਾ। ਅਤੇ ਅੱਜ ਜੇ 4-5 ਬੰਦੇ ਮੈਂ ਨਾਲ ਲੈ ਕੇ ਜਾਣ ਰਿਹਾ ਤਾਂ ਮਿਹਨਤ ਦੀ ਵਜ੍ਹਾ ਨਾਲ। ਹਾਂਜੀ ਬੈਗ ਚੈੱਕ ਹੋਣੇ ਨੇ, ਓਕੇ। ਬਾਬਾ ਜੀ, ਦੁਨੀਆ ਤੋਂ ਸਭ ਤੋਂ ਮਹਿੰਗਾ ਮਾਹੌਲ, ਸਭ ਤੋਂ ਮਹਿੰਗਾ, ਹਜ਼ਾਰਾਂ ਦੇ ਨਾਲ ਆ ਜਿਹੜੇ ਇੱਥੇ ਪਰਫਿਊਮਾਂ ਵਿਕਦੀਆਂ, ਕਿਆ ਬਾਤ ਹੈ, ਚੈੱਕ ਕਰ ਸਕਦੇ ਹੋ ਤੁਸੀਂ। ਹਾਂਜੀ ਵਾਹ, ਹਜ਼ਾਰਾਂ ਦੇ ਨਾਲ ਮਹਿੰਗੀਆਂ, ਠੀਕ ਹੈ। ਅਤੇ ਭਰਾ ਦੇ ਚੈਨਲ ਨੂੰ ਲਾਈਕ ਕਰਨਾ, ਫੋਲੋ ਕਰਨਾ ਅਤੇ ਸਪੋਰਟ ਕਰਨੀ ਤੁਨ ਕੇ। ਅਤੇ ਮਾਸ਼ਾਅੱਲਾ, ਖੁਸ਼ੀ ਵੀ ਹੈ, ਗਮੀ ਵੀ ਹੈ। ਗਮੀ ਇਸ ਗੱਲ ਦੀ ਕਿ ਇਕੱਲਾ ਜਾ ਰਿਹਾ, ਭਰਾ ਨੇ ਹੈ, ਭਰਾਵਾਂ ਦੇ ਨਾਲ ਬਹਾਰਾਂ ਹੁੰਦੀਆਂ ਨੇ, ਠੀਕ ਹੈ। ਅਤੇ ਅਲਹਮਦੁਲਿਲਾ ਭਰਾ ਬਹੁਤ ਯਾਦ ਆਉਂਦਾ ਮੇਰਾ ਇੱਥੇ, ਜਿਹੜਾ ਮੈਨੂੰ ਪੈਸੇ ਸ਼ੈਸੇ ਦਿੰਦਾ ਸੀ, ਅਤੇ ਹੁਣ ਮੈਂ ਕਿਹਦੇ ਕੋਲ ਲਾਂਗਾ ਪੈਸੇ। ਲਓ ਜੀ ਬਾਬਾ ਜੀ, ਭਰਾ ਤੇ 12:30 ਵਜੇ ਤੁਰੇ ਹਾਂ, ਅਤੇ ਹੁਣ 5:00 ਵਜੇ 5:30 ਵਜੇ ਅਤੇ ਬੱਸ ਆ ਗਈ, ਬੱਸ ਦੇ ਵਿੱਚ ਬਹਿਣ ਲੱਗੇ ਜੇ। ਹਾਂਜੀ ਮਾਸ਼ਾਅੱਲਾ, ਅਸੀਂ ਬਾਹਰ ਨਿਕਲ ਗਏ ਹਾਂ ਗੱਡੀ ਦੇ ਵਿੱਚੋਂ, ਸਾਡਾ ਜਹਾਜ਼ ਆ ਵਾ। ਅਈ ਵਾਹ, ਕਿਆ ਬਾਤ ਹੈ ਭਾਈਆ, ਬਾਰਸ ਕੀ ਇੰਟਰਨੈਸ਼ਨਲ ਅਬਦੁੱਲਾ ਏਅਰਪੋਰਟ, ਅੱਜ ਬੜੀ ਨਜ਼ਦੀਕੋਂ ਹੋ ਕੇ ਵੇਖਿਆ ਮੈਂ ਇਹਨੂੰ, ਅਤੇ ਜਿੰਨਾ ਮੈਂ ਵੇਖਿਆ ਨਾ ਇੰਨਾ ਹੀ ਤੁਸੀਂ ਵੇਖਣਾ ਵੇ, ਪਤਾ ਕਿੰਜ ਲਾਈਕ ਕਰਕੇ, ਕਿਆ ਬਾਤ ਹੈ ਭਾਈ, ਆਹ ਬਣਾਈ ਵੀਡੀਓ ਵੀਡੀਓ ਬਣਾਈ ਲੱਗਿਆ ਇੰਟਰ ਅੱਜ।
ਅਲਹਮਦੁਲਿਲਾ ਜੀ ਫਾਈਨਲੀ ਅਸੀਂ ਜਹਾਜ਼ ਦੇ ਵਿੱਚ ਬਹਿ ਗਏ ਹਾਂ। ਠੀਕ ਹੈ ਮਾਸ਼ਾ ਅੱਲਾਹ ਮੈਂ ਖਾਣਾ ਥੋੜ੍ਹਾ ਜਿਹਾ ਅੱਗੋਂ ਪਿੱਛੋਂ ਵਜਨਾ ਜਿਹੜਾ ਬਹਿ ਪੂ ਜਾਣ ਆਵਾਮ ਹੈ ਸਹੀ ਦੱਸਾਂ ਨਾ ਤਾਂ ਮੈਂ ਬੜਾ ਜਿਹੜਾ ਨਾ ਖੁਸ਼ ਵੀ ਹਾਂ ਅਤੇ ਜਰਾ ਕਿ ਮੈਨੂੰ ਡਰ ਵੀ ਸੀ। ਮੈਂ ਇਹਨਾਂ ਨੂੰ ਲਾਜ਼ਮੀ ਲਿਆਉਣਾ ਸੀ ਵੀਡੀਓ ਦੇ ਵਿੱਚ, ਮੇਰਾ ਇਹ ਸਮਝ ਲਓ ਖਾਬ ਲਾ ਲਓ ਖਾਬ, ਇਹ ਮੇਰੀ ਆਦਤ ਹੋਈ ਕਿ ਮੈਂ ਇਹਨਾਂ ਨੂੰ ਵੀਡੀਓ ਦੇ ਵਿੱਚ ਲਿਆਉਣਾ। ਹੋ ਸਕਦਾ ਇਹਨਾਂ ਦੀ ਵਜ੍ਹਾ ਨਾਲ ਵੀਡੀਓ ਵਾਇਰਲ ਹੋ ਜਾਏ ਅਤੇ ਜਾਂ ਇਹ ਵੀਡੀਓ ਨਾ ਵਾਇਰਲ ਹੋਏਗੀ ਤਾਂ ਮੈਂ ਵਾਇਰਲ ਹੋ ਜਾਵਾਂਗਾ। ਹਾਂਜੀ ਮਾਸ਼ਾ ਅੱਲਾਹ ਉਤਰ ਗਏ ਜੀ, ਥੱਲੇ ਖਾਲੀ ਹੋ ਗਈਆਂ ਨੇ ਸੀਟਾਂ, ਕਿਆ ਬਾਤ ਹੈ। ਅਲਹਮਦੁਲਿਲਾ ਸੁਰੱਖਿਅਤ ਪਹੁੰਚ ਗਏ। ਲੈ ਲਿਆ ਰੇੜੀ ਲਿਆ ਸਾਡਾ, ਉਹ ਜਾਣ ਡਿਆ ਅੱਜ ਬਾਬਾ ਜੀ, ਆ ਜਾਣ ਡਿਆ ਇੱਕ ਤੇ ਆ ਜਿਹਾ ਕਾਬੂ ਪਾ ਲਿਆ। ਆਜਾ 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 ਆਈ ਵਾ, ਫੜ ਲਾ ਫੜ ਲਾ। ਚਲੋ ਰਾਤ ਚੋਂ ਦੀ ਮਾਰਾ ਹੋ ਗਿਆ ਯਾਰ, ਮੈਨੂੰ ਸਫ਼ਰ ਸਿਖਾਉਂਦਾ ਹੀ ਨਹੀਂ ਹੈਗਾ, ਸਮਝ ਨਹੀਂ ਲੱਗਦੀ ਪਤਾ ਨਹੀਂ ਕੀ ਬਣਦਾ ਪਹਿਲਾਂ। ਠੀਕ ਨੇ ਮਤਲਬ ਬਾਹਰ ਆ ਗਏ ਅਸੀਂ ਤਾਂ ਰਾਤ ਦੇ ਵਿੱਚ, ਰਾਤ ਵਿੱਚੋਂ ਦੀ ਵੇਖ ਲਓ ਬਾਚੀਆਂ ਨਿਕਲ ਨੁਕਲ ਗਈਆਂ, ਰੰਗ ਫਿੱਕਾ ਪੈ ਗਿਆ। ਜਜ਼ਾਨ ਦਾ ਏਅਰਪੋਰਟ ਹੈ ਅਤੇ ਬਾਹਰ ਨਿਕਲ ਗਏ ਹਾਂ ਹੁਣ, ਟਕਟੀ ਤੁਕਸੀ ਵੇਹਨੇ ਹਾਂ। ਹਾਂਜੀ ਜਨਾਬ ਹੈ ਜੇ ਨਾਲ ਦੇ ਮੇਰੇ, ਕੈਸਾ ਰਿਹਾ ਸਫ਼ਰ ਉਸਤਾਦ ਜੀ, ਵਧੀਆ ਰਿਹਾ? ਬੰਦੂ ਭਾਈ ਸਫ਼ਰ ਕੈਸਾ ਰਿਹਾ? ਹਾਂ ਮਾਰਾ ਹੋ ਗਿਆ ਯਾਰ ਮੈਂ ਤੋ ਰਾਤ ਮੈਂ, ਹਾਂ ਨੀਂਦ ਵੀ ਨਹੀਂ ਨਾ ਪੂਰੀ ਹੋਈ ਅਸਲ ਮੈਂ, ਹੁਣ ਜਾ ਕੇ ਸੋਣਾ, ਰੋਟੀ ਖਾਣੀ ਪਹਿਲਾਂ ਰੱਜ ਕੇ ਫਿਰ ਨੀਂਦ ਪੂਰੀ ਕਰਨੀ ਹੈ ਹੈਂ। ਅਤੇ ਮਾਸ਼ਾ ਅੱਲਾਹ ਵਲੋਗ ਜਿਹੜਾ ਨਾ ਤੁਸੀਂ ਵੇਖਿਆ ਵੇ ਕੈਸਾ ਲੱਗਾ, ਬਿਲਕੁਲ ਆਪਣੀ ਮੁਹੱਬਤ ਦੇ ਨਾਲ ਦੱਸ ਰਿਹਾ ਤੁਹਾਂ। ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਓਕੇ ਖੁਦਾ ਹਾਫਿਜ਼।